ਹਾਂਜੀ ਭਾਅ ਜੀ, ਆਪਣਾ ਨਾਮ ਦੱਸ ਕੇ ਅੱਜ ਜਿਹੜੀ ਮਨਭਾਗੀ ਘਟਨਾ ਵਾਪਰੀ ਹੈ, ਕੀ ਹੈ ਸਾਰੀ ਘਟਨਾ? ਹਾਂਜੀ, ਦਾਸ ਰਾਜਵੀਰ ਸਿੰਘ ਅਕਾਲੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ। ਇਹ ਘਟਨਾ ਜੀ ਫਤਿਹਗੜ੍ਹ ਚੂੜੀਆਂ ਰੋਡ ਬਾਈਪਾਸ ਅਤੇ ਥਾਣੇ ਦੇ ਵਿੱਚ ਅਸੀਂ ਚੌਂਕੀ ਦੇ ਖਲੋਤੇ ਹਾਂ। ਘਟਨਾ ਹੈਗੀ ਹੈ ਜੀ ਬਾਬਾ ਦੀਪ ਸਿੰਘ ਕਲੋਨੀ ਦੀ, ਜਿੱਥੇ ਇੱਕ ਛੋਟੀ ਜਿਹੀ ਬੱਚੀ ਅਤੇ ਉਹ ਜਿਹੜਾ ਬੰਦਾ ਜਿਹੜਾ ਦੋਸ਼ੀ ਆ, ਪਰ 75-80 ਸਾਲ ਦੀ ਏਜ ਹੋਣੀ ਉਹਦੀ, ਉਹ ਬਿਲਕੁਲ ਲਾਗੇ ਲਾਗੇ ਰਹਿੰਦੇ ਨੇ। ਅਤੇ ਉਹਨੇ ਮੌਕੇ ਦਾ ਫਾਇਦਾ ਵੇਖਿਆ ਵੀ ਘਰ ਦੇ ਵਿੱਚ ਕੋਈ ਨਹੀਂ ਆ, ਤਾਂ ਉਹਨੇ ਆਪਣੀ ਕਰਤੂਤ ਘੋਲ ਦਿੱਤੀ ਹੈ। ਤਾਂ ਉਹ ਜਿਹੜਾ ਪਿਤਾ ਵਾ ਉਹਨਾਂ ਦੀ, ਮਾਂ ਪਿਓ ਆ ਜਿਹੜਾ, ਉਹਨਾਂ ਤਾਂ ਵਿਚਾਰੇ ਐਡੇ ਕੁ ਮਾਦੜ ਨੇ ਕਿ ਉਹ ਆਪਣੀ ਕਿਰਤ ਕਰਦੇ ਨੇ ਦਿਹਾੜੀ ਟੱਪਾ ਕਰਕੇ। ਉਹ ਤਾਂ ਡਰਦੇ ਵਿਚਾਰੇ ਆਏ ਨਹੀਂ ਪਹਿਲਾਂ, ਤਾਂ ਮਹੱਲੇਦਾਰਿਆਂ ਦੀ ਹੱਲਾਸ਼ੇਰੀ ਨਾਲ ਉਹ ਇੱਥੋਂ ਤੱਕ ਪਹੁੰਚੇ ਅਤੇ ਕਾਰਵਾਈ ਹੋਈ ਆ। ਤਾਂ ਬੱਚੀ ਦੀ ਹਾਲਤ ਐਡੀ ਕੁ ਨਾਜ਼ੁਕ ਆ, ਤਾਂ ਉਹਨੂੰ ਉਲਟੀਆਂ ਆਉਣ ਡੀਆਂ ਅਜੇ ਵੀ। ਬੱਚੀ ਦੀ ਉਮਰ ਕਿੰਨੀ ਹੈ ਅਤੇ ਜਿੰਨੇ ਇਹ ਹਰਕਤ ਕੀਤੀ ਉਹਦੀ ਉਮਰ? ਬੱਚੀ ਦੀ ਉਮਰ 9 ਸਾਲ ਦੀ ਹੈਗੀ ਆ, ਅਤੇ ਜਿਹੜਾ ਹਰਕਤ ਕਰਨ ਵਾਲਾ ਵਾ ਉਹਦੀ 75-80 ਸਾਲ ਦੀ ਉਮਰ ਹੈ ਜੀ। ਤਾਂ ਹੁਣ ਉਹ ਆਰੋਪੀ ਕਾਬੂ ਕੀਤਾ ਪੁਲਿਸ? ਹਾਂਜੀ ਬਿਲਕੁਲ ਬਿਲਕੁਲ, ਮੌਕੇ 'ਤੇ ਇਹਨਾਂ ਨੇ, ਮੁਹੱਲੇ ਵਾਲਿਆਂ ਨੇ ਉਹਨੂੰ ਪੁਲਿਸ ਨੂੰ ਫੜ ਕੇ ਅਤੇ ਆਰੋਪੀ ਨੂੰ ਦੇ ਦਿੱਤਾ ਵਾ। ਕੁਝ ਮੁਹੱਲੇ ਵਾਲਿਆਂ ਨੇ ਮੌਕੇ 'ਤੇ ਉੱਥੇ ਛੱਤਰ ਪਰੇਡ ਕੀਤੀ ਸੀ, ਚਲੋ ਜਿੰਨੀ ਕੀਤੀ ਆ ਉਹ ਇਹਨਾਂ ਦੀ ਚੜ੍ਹਦੀ ਕਲਾ ਹੋ ਗਈ, ਬਾਕੀ ਹੁਣ ਪੁਲਿਸ ਆਪਣੀ ਕਾਰਵਾਈ ਕਰਨ ਡੀ ਆ ਜੀ। ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹੈ ਮੁਹੱਲੇ ਵਾਲੇ? ਪੁਲਿਸ ਦੀ ਕਾਰਵਾਈ ਵੇਖੋ ਜੀ, ਜਿਹੜੀ ਬਲਾਤਕਾਰ ਦੀ ਸਜ਼ਾ ਵਾ ਉਹਦਾ ਉਹ ਹੋ ਜਾਣੀ ਆ, ਇੱਕ ਪਾਸਕੋ ਐਕਟ ਲੱਗ ਜੂਗਾ ਜਿਹੜਾ 20 ਸਾਲ ਉਹਦੇ ਕਹਿੰਦੇ ਨੇ ਕਿ ਅੰਦਰ ਲੱਗ ਜਾਣਾ ਵਾ। ਕੋਈ ਉਹਦੀ ਸੁਣਵਾਈ, ਕੋਈ ਅਪੀਲ, ਕੋਈ ਦਲੀਲ ਨਹੀਂ ਹੁੰਦੀ, ਕੋਈ ਉਹਦੀ ਜ਼ਮਾਨਤ ਨਹੀਂ ਹੋਣੀ ਜੀ। ਲਗਾਤਾਰ ਹੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਪੰਜਾਬ 'ਚ, ਕਿਸ ਤਰ੍ਹਾਂ ਦੇਖਦੇ ਪੰਜਾਬ? ਲਗਾ ਸਾਡੇ ਕਾਨੂੰਨ ਦੇ ਵਿੱਚ ਕਮੀ ਆ ਜੀ, ਜੇ ਸਾਡੇ ਕਾਨੂੰਨ ਸਖਤ ਹੋ ਜਾਣ ਨਾ, ਤਾਂ ਇੱਕ ਕਿਸੇ ਦੇ ਬੱਚੇ ਦੇ ਹੱਥੋਂ ਪੈਨਸਲ ਵੀ ਨਾ ਖੋਈ ਜਾਵੇ। ਬਲਾਤਕਾਰ ਤਾਂ ਬੜੀ ਦੂਰ ਦੀ ਗੱਲ ਆ, ਕਿਉਂਕਿ ਬਾਹਰਲੇ ਆਪਾਂ ਦੇਸ਼ਾਂ ਦੀਆਂ ਗੱਲਾਂ ਤਾਂ ਜ਼ਰੂਰ ਕਰਦੇ ਹਾਂ, ਪਰ ਸਾਡੇ ਕਾਨੂੰਨ ਨਹੀਂ ਉੱਥੇ ਉਹੋ ਜਿਹੇ ਹੋ ਸਕਦੇ, ਕਿਉਂਕਿ 2 ਦਿਨ ਬਾਅਦ ਸਾਨੂੰ ਹੋਸ਼ ਆਉਣ ਡਈ ਆ ਵੀ ਬੱਚੀ ਦੇ ਨਾਲ ਬਲਾਤਕਾਰ ਹੋਇਆ, ਅਤੇ ਲੋਕ ਕਹਿੰਦੇ ਨੇ ਵੀ ਅੱਜ ਉਹਨੂੰ ਮਾਰ ਦੇਣਾ, ਜਦੋਂ ਤੁਹਾਨੂੰ ਪਤਾ ਲੱਗਾ ਸੀ ਤੁਸੀਂ ਉਦੋਂ ਕਿਹਨਾਂ ਕਰ ਦਿੱਤਾ। ਸਾਡੇ ਕਾਨੂੰਨ ਸਖਤ ਹੋਣ ਨਾ, ਅਤੇ ਕਦੀ ਇਹੋ ਜਿਹੀ ਨੌਬਤ ਨਾ ਆਵੇ, ਕਿਉਂਕਿ ਮੌਕੇ ਦੇ ਉੱਤੇ ਜੇ ਝਟਕਾਇਆ ਜਾਵੇ, ਹੁਣ ਦੋਸ਼ੀ ਅੰਦਰ ਆ ਨਾ, ਦੋਸ਼ੀ ਨੂੰ ਚੌਂਕ ਦੇ ਵਿੱਚ ਖੜ ਕੇ ਗੋਲੀ ਮਾਰ ਦੇਣ, ਕੀ ਕਰ ਨਹੀਂ ਸਕਦੇ, ਸਭ ਕੁਝ ਹੋ ਸਕਦਾ ਵਾ, ਪਰ ਉਹ ਜੋ ਉਹਨਾਂ ਨੇ ਦਾਇਰਾ ਬਣਾਇਆ ਉਹਨਾਂ ਨੇ ਉਹਨੂੰ ਦਾਇਰੇ ਨੂੰ ਫੋਲੋ ਕਰਨ ਡੇ ਨੇ, ਉਹ ਫਿਰ ਉਹਦੇ ਵਿੱਚ ਕਮੀਆਂ ਆਉਂਦੀਆਂ ਹੀ ਆਉਂਦੀਆਂ ਜੀ। ਆਪਾਂ ਨੇ ਬਹੁਤ ਗਲਤ ਕੰਮ ਕੀਤਾ ਇਹ ਗਲੀ ਦੇ ਵਿੱਚ। ਜਿਹੜੀ ਗੱਲ ਹੋਈ ਹੈ ਕਿੱਥੇ ਹੋਈ ਹੈ, ਕਿਹੜੀ ਜਗ੍ਹਾ ਤੇ? ਇਹ ਗਲੀ ਸਾਡੇ ਬੂਹੇ ਦੇ ਗਾੜੀ ਆ, ਸਾਡੇ ਘਰ ਦੇ ਵਿੱਚ ਇਹਦੇ ਬੱਚੇ ਰਹਿੰਦੇ ਨੇ, ਸਾਡੀ ਗਲੀ 'ਚ ਪੁੱਛੋ ਸਾਰੀਆਂ ਜਨਾਨੀਆਂ ਦਾ ਹਾਲ ਹੋ ਹਾਂ, ਕੋਈ ਨਹੀਂ ਤੂੰ ਕੰਮ ਕਰਵਾਰੇ ਨੇ ਲਾ ਕੇ ਆ, ਇਹ ਕਦੀ ਇਹ ਬੱਚਿਆਂ ਨੂੰ ਕਿਸੇ ਨੇ ਕਦੀ ਕੱਖ ਨਹੀਂ ਕਿਹਾ, ਇਹਦੇ ਪਿਓ ਇਹ ਥੋੜੀ ਗਰੀਬ ਆ ਤੇ ਤੂੰ ਆਣ ਕੇ ਉਹਦੀ ਲੁੱਟਕੀ ਨੂੰ ਤੂੰ ਮਾਰੇ ਕਿ ਚੰਗੇ ਕੰਮ ਕਰ ਜਾਵੇਂ, ਇਹ ਕਿੱਥੇ ਕੀ ਤਰ੍ਹਾਂ ਦਾ ਇਹਨੇ ਕੰਮ ਸਾਡੇ ਗਲੀ 'ਚ ਕੀਤਾ ਹੈ? 9 ਸਾਲ ਦੀ ਹਾਂ, ਬੰਦੇ ਦੀ ਉਮਰ ਕਿੰਨੀ? ਹਾਂਜੀ ਸਰ, ਥੋੜਾ ਜਿਹਾ ਦੱਸ ਦੋ ਕੀ ਮਾਮਲਾ ਜੀ, ਫਤਿਹਗੜ੍ਹ ਚੂੜੀਆਂ ਰੋਡ ਬਾਈਪਾਸ ਤੇ ਥਾਣੇ ਦੇ ਵਿੱਚ ਅਸੀਂ ਚੌਂਕੀ ਦੇ ਖਲੋਤੇ ਹਾਂ। ਘਟਨਾ ਹੈਗੀ ਹੈ ਜੀ ਬਾਬਾ ਦੀਪ ਸਿੰਘ ਕਲੋਨੀ ਦੀ, ਜਿੱਥੇ ਇੱਕ ਛੋਟੀ ਜਿਹੀ ਬੱਚੀ ਅਤੇ ਉਹ ਜਿਹੜਾ ਬੰਦਾ ਜਿਹੜਾ ਦੋਸ਼ੀ ਆ, ਪਰ 75-80 ਸਾਲ ਦੀ ਏਜ ਹੋਣੀ ਉਹਦੀ, ਉਹ ਬਿਲਕੁਲ ਲਾਗੇ ਲਾਗੇ ਰਹਿੰਦੇ ਨੇ। ਅਤੇ ਉਹਨੇ ਮੌਕੇ ਦਾ ਫਾਇਦਾ ਵੇਖਿਆ ਵੀ ਘਰ ਦੇ ਵਿੱਚ ਕੋਈ ਨਹੀਂ ਆ, ਤਾਂ ਉਹਨੇ ਆਪਣੀ ਕਰਤੂਤ ਘੋਲ ਦਿੱਤੀ ਹੈ। ਤਾਂ ਉਹ ਜਿਹੜਾ ਪਿਤਾ ਵਾ ਉਹਨਾਂ ਦੀ, ਮਾਂ ਪਿਓ ਆ ਜਿਹੜਾ, ਉਹਨਾਂ ਤਾਂ ਵਿਚਾਰੇ ਐਡੇ ਕੁ ਮਾਦੜ ਨੇ ਕਿ ਉਹ ਆਪਣੀ ਕਿਰਤ ਕਰਦੇ ਨੇ ਦਿਹਾੜੀ ਟੱਪਾ ਕਰਕੇ। ਉਹ ਤਾਂ ਡਰਦੇ ਵਿਚਾਰੇ ਆਏ ਨਹੀਂ ਪਹਿਲਾਂ, ਤਾਂ ਮੁਹੱਲੇਦਾਰਿਆਂ ਦੀ ਹੱਲਾਸ਼ੇਰੀ ਨਾਲ ਉਹ ਇੱਥੋਂ ਤੱਕ ਪਹੁੰਚੇ ਅਤੇ ਕਾਰਵਾਈ ਹੋਈ ਆ। ਤਾਂ ਬੱਚੀ ਦੀ ਹਾਲਤ ਐਡੀ ਕੁ ਨਾਜ਼ੁਕ ਆ, ਤਾਂ ਉਹਨੂੰ ਉਲਟੀਆਂ ਆਉਣ ਡੀਆਂ ਅਜੇ ਵੀ।
ਬੱਚੀ ਦੀ ਉਮਰ ਕਿੰਨੀ ਹੈ ਤੇ ਜਿੰਨੇ ਇਹ ਹਰਕਤ ਕੀਤੀ ਉਹਦੀ ਉਮਰ ਕਿੰਨੀ? ਬੱਚੀ ਦੀ ਉਮਰ 9 ਕੁ ਸਾਲ ਦੀ ਹੈਗੀ ਆ ਤੇ ਜਿਹੜਾ ਹਰਕਤ ਕਰਨ ਵਾਲਾ ਵਾ ਉਹਦੀ 75 ਤੋਂ 80 ਸਾਲ ਦੀ ਉਮਰ ਹੈ ਜੀ। ਤਾਂ ਹੁਣ ਉਹ ਆਰੋਪੀ ਕਾਬੂ ਕੀਤਾ ਪੁਲਿਸ? ਹਾਂਜੀ ਬਿਲਕੁਲ ਬਿਲਕੁਲ, ਮੌਕੇ ਤੇ ਇਹਨਾਂ ਨੇ ਮਹੱਲੇ ਵਾਲਿਆਂ ਨੇ ਉਹਨੂੰ ਪੁਲਿਸ ਨੂੰ ਫੜ ਕੇ ਤੇ ਆਰੋਪੀ ਨੂੰ ਦੇ ਦਿੱਤਾ ਵਾ। ਕੁਝ ਮਹੱਲੇ ਵਾਲਿਆਂ ਨੇ ਮੌਕੇ ਦੇ ਉੱਥੇ ਛੱਤਰ ਪਰੇਡ ਕੀਤੀ ਸੀ, ਚਲੋ ਜਿੰਨੀ ਕੀਤੀ ਆ ਉਹ ਇਹਨਾਂ ਦੀ ਚੜ੍ਹਦੀ ਕਲਾ ਹੋ ਗਈ, ਬਾਕੀ ਹੁਣ ਪੁਲਿਸ ਆਪਣੀ ਕਾਰਵਾਈ ਕਰਨ ਡਈ ਆ ਜੀ। ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹੈ ਮਹੱਲੇ ਵਾਲੇ? ਪੁਲਿਸ ਦੀ ਕਾਰਵਾਈ ਵੇਖੋ ਜੀ, ਜਿਹੜੀ ਬਲਾਤਕਾਰ ਦੀ ਸਜ਼ਾ ਵਾ ਉਹਦਾ ਉਹ ਹੋ ਜਾਣੀ ਆ, ਇੱਕ ਪਾਸਕੋ ਐਕਟ ਲੱਗ ਜੂਗਾ ਜਿਹੜਾ 20 ਸਾਲ ਉਹਦੇ ਕਹਿੰਦੇ ਨੇ ਕਿ ਅੰਦਰ ਲੱਗ ਜਾਣਾ ਵਾ, ਕੋਈ ਉਹਦੀ ਸੁਣਵਾਈ ਕੋਈ ਅਪੀਲ ਕੋਈ ਦਲੀਲ ਨਹੀਂ ਹੁੰਦੀ, ਕੋਈ ਉਹਦੀ ਜ਼ਮਾਨਤ ਨਹੀਂ ਹੋਣੀ ਜੀ। ਲਗਾਤਾਰ ਹੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਪੰਜਾਬ 'ਚ, ਕਿਸ ਤਰ੍ਹਾਂ ਦੇਖਦੇ ਪੰਜਾਬ? ਲਗਾ ਸਾਡੇ ਕਾਨੂੰਨ ਦੇ ਵਿੱਚ ਕਮੀ ਆ ਜੀ, ਜੇ ਸਾਡੇ ਕਾਨੂੰਨ ਸਖਤ ਹੋ ਜਾਣ ਨਾ ਤਾਂ ਇੱਕ ਕਿਸੇ ਦੇ ਬੱਚੇ ਦੇ ਹੱਥੋਂ ਪੈਨਸਲ ਵੀ ਨਾ ਖੋਈ ਜਾਵੇ। ਬਲਾਤਕਾਰ ਤਾਂ ਬੜੀ ਦੂਰ ਦੀ ਗੱਲ ਆ, ਕਿਉਂਕਿ ਬਾਹਰਲੇ ਆਪਾਂ ਦੇਸ਼ਾਂ ਦੀਆਂ ਗੱਲਾਂ ਤਾਂ ਜ਼ਰੂਰ ਕਰਦੇ ਹਾਂ ਪਰ ਸਾਡੇ ਕਾਨੂੰਨ ਨਹੀਂ ਉੱਥੇ ਉਹੋ ਜਿਹੇ ਹੋ ਸਕਦੇ, ਕਿਉਂਕਿ 2 ਦਿਨ ਬਾਅਦ ਸਾਨੂੰ ਹੋਸ਼ ਆਉਣ ਡਈ ਆ ਵੀ ਬੱਚੀ ਦੇ ਨਾਲ ਬਲਾਤਕਾਰ ਹੋਇਆ ਤੇ ਲੋਕੀ ਕਹਿੰਦੇ ਨੇ ਵੀ ਅੱਜ ਉਹਨੂੰ ਮਾਰ ਦੇਣਾ, ਜਦੋਂ ਤੁਹਾਨੂੰ ਪਤਾ ਲੱਗਾ ਸੀ ਤੁਸੀਂ ਉਦੋਂ ਕਿਹਨਾਂ ਕਰ ਦਿੱਤਾ? ਸਾਡੇ ਕਾਨੂੰਨ ਸਖਤ ਹੋਣ ਨਾ ਤੇ ਕਦੀ ਇਹੋ ਜਿਹੀ ਨੌਬਤ ਨਾ ਆਵੇ, ਕਿਉਂਕਿ ਮੌਕੇ ਦੇ ਉੱਤੇ ਜੇ ਝਟਕਾਇਆ ਜਾਵੇ ਹੁਣ ਦੋਸ਼ੀ ਅੰਦਰ ਆ ਨਾ, ਦੋਸ਼ੀ ਨੂੰ ਚੌਂਕ ਦੇ ਵਿੱਚ ਖੜ ਕੇ ਗੋਲੀ ਮਾਰ ਦੇਣ ਕੀ ਕਰ ਨਹੀਂ ਸਕਦੇ, ਸਭ ਕੁਝ ਹੋ ਸਕਦਾ ਵਾ, ਪਰ ਉਹ ਜੋ ਉਹਨਾਂ ਨੇ ਦਾਇਰਾ ਬਣਾਇਆ ਉਹਨਾਂ ਨੇ ਉਹਨੂੰ ਦਾਇਰੇ ਨੂੰ ਫੋਲੋ ਕਰਨ ਦੇ ਨੇ, ਉਹ ਫਿਰ ਉਹਦੇ ਵਿੱਚ ਕਮੀਆਂ ਆਉਂਦੀਆਂ ਹੀ ਆਉਂਦੀਆਂ ਜੀ। ਆਪਾਂ ਨੇ ਬਹੁਤ ਗਲਤ ਕੰਮ ਕੀਤਾ ਇਹ ਗਲੀ ਦੇ ਵਿੱਚ। ਜਿਹੜੀ ਗਲੀ ਹੋਈ ਹੈ ਕਿਹੜੀ ਜਗ੍ਹਾ ਤੇ? ਇਹ ਗਲੀ ਸਾਡੇ ਬੂਹੇ ਦੇ ਗਾੜੀ ਆ, ਸਾਡੇ ਘਰ ਦੇ ਵਿੱਚ ਇਹਦੇ ਬੱਚੇ ਰਹਿੰਦੇ ਨੇ, ਸਾਡੀ ਗਲੀ 'ਚ ਪੁੱਛੋ ਸਾਰੀਆਂ ਜਨਾਨੀਆਂ ਦਾ ਹਾਲ ਹੋਹਾ, ਕੋਈ ਨਹੀਂ ਤੂੰ ਕੱਲੀ ਰਹਿਣਾ ਹੈ ਲਾਗੇ। ਹਾਂ ਇਹ ਕਦੀ ਇਹ ਬੱਚਿਆਂ ਨੂੰ ਕਿਸੇ ਨੇ ਕਦੀ ਕੱਖ ਨਹੀਂ ਕਿਹਾ, ਇਹਦੇ ਪਿਓ ਇਹ ਥੋੜੀ ਗਰੀਬ ਹੈ ਤੇ ਤੂੰ ਆਣ ਕੇ ਉਹਦੀ ਲਟਕੀ ਨੂੰ ਤੂੰ ਮਾਰੇ ਕੇ ਚੰਗੇ ਕੰਮ ਕਰ ਜਾਵੇਂ, ਇਹ ਕਿੱਥੇ ਕੀ ਤਰ੍ਹਾਂ ਦਾ ਇਹਨੇ ਕੰਮ ਸਾਡੇ ਗਲੀ 'ਚ ਕੀਤਾ? 9 ਸਾਲ ਦੀ ਹਾਂ ਬੰਦੇ ਦੀ ਉਮਰ ਕਿੰਨੀ? ਥੋੜਾ ਜਿਹਾ ਦੱਸ ਦੋ ਕੀ ਕਹਿਣਾ ਚਾਹੋਗੇ ਜੀ? ਕੀ ਕਹਿਣਾ ਚਾਹੋਗੇ? ਹਾਂ